ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਪੰਜਾਬ ਜੀ ਕੇ ਯੂਟਿਊਬ ਚੈਨਲ। ਅੱਜ ਅਸੀਂ ਤੁਹਾਨੂੰ ਇਸ ਵੀਡੀਓ ਵਿੱਚ ਕੁਛ ਇੰਟਰਸਟਿੰਗ ਜੀ ਕੇ ਬਾਰੇ ਦੱਸਾਂਗੇ। ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਅਗਰ ਤੁਸੀਂ ਸਾਡੇ ਚੈਨਲ ਪੰਜਾਬ ਜੀ ਕੇ ਦੇ ਨਵੇਂ ਆਏ ਹੋ ਤਾਂ ਸਾਡੇ ਪੰਜਾਬ ਜੀ ਕੇ ਯੂਟਿਊਬ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ। ਸਾਡਾ ਪਹਿਲਾ ਕੁਐਸਚਨ ਹੈ ਜੀ, ਮਨੁੱਖੀ ਦਿਲ ਵਿੱਚ ਕਿੰਨੇ ਵਾਲਵ ਹਨ? ਨੰਬਰ 1 3, ਨੰਬਰ 2 2, ਨੰਬਰ 3 4, ਨੰਬਰ 4 1। ਇਸਦਾ ਦੋਸਤੋ ਸਹੀ ਜਵਾਬ ਹੈ 4। ਦੂਸਰਾ ਸਵਾਲ ਹੈ ਜੀ, CBI ਕਿਸ ਦੇਸ਼ ਦੀ ਪੜਤਾਲੀਆ ਏਜੰਸੀ ਹੈ? ਨੰਬਰ 1 ਚੀਨ, ਨੰਬਰ 2 ਪਾਕਿਸਤਾਨ, ਨੰਬਰ 3 ਭਾਰਤ, ਨੰਬਰ 4 ਅਮੈਰੀਕਾ। ਦੋਸਤੋ ਇਸਦਾ ਸਹੀ ਜਵਾਬ ਹੈ ਭਾਰਤ। ਸਵਾਲ ਨੰਬਰ 3, ਭਾਰਤ ਦਾ ਕਿਹੜਾ ਸ਼ਹਿਰ 2 ਰੇਲਵੇ ਜ਼ੋਨਾਂ ਦਾ ਮੁੱਖ ਦਫ਼ਤਰ ਹੈ? ਨੰਬਰ 1 ਮੁੰਬਈ, ਨੰਬਰ 2 ਹੁਬਲੀ, ਨੰਬਰ 3 ਨਿਊ ਦਿੱਲੀ, ਨੰਬਰ 4 ਜਬਾਲਪੁਰ। ਦੋਸਤੋ ਇਹਦਾ ਸਹੀ ਜਵਾਬ ਹੈ ਮੁੰਬਈ। ਸਾਡਾ ਅਗਲਾ ਸਵਾਲ ਹੈ ਜੀ, ਕਾਰਗਿਲ ਦਾ ਯੁੱਧ ਕਦੋਂ ਹੋਇਆ? ਨੰਬਰ 1 1962, ਨੰਬਰ 2 1971, ਨੰਬਰ 3 1999, ਨੰਬਰ 4 2010। ਦੋਸਤੋ ਇਹਦਾ ਸਹੀ ਜਵਾਬ ਹੈ 1999। ਸਾਡਾ ਅਗਲਾ ਸਵਾਲ ਹੈ ਜੀ, ਲੋਕ ਸਭਾ ਚੋਣਾਂ ਵਿੱਚ EVM ਦੀ ਵਰਤੋਂ ਪਹਿਲੀ ਵਾਰ ਕਦੋਂ ਕੀਤੀ ਗਈ? ਨੰਬਰ 1 2009, ਨੰਬਰ 2 2004, ਨੰਬਰ 3 2014, ਨੰਬਰ 4 2019। ਇਸਦਾ ਸਹੀ ਜਵਾਬ ਹੈ ਜੀ 2004 ਵਿੱਚ EVM ਦੀ ਸਭ ਤੋਂ ਪਹਿਲੀ ਵਾਰ ਵਰਤੋਂ ਕੀਤੀ ਗਈ ਸੀ ਲੋਕ ਸਭਾ ਵਿੱਚ। ਅਗਲਾ ਸਵਾਲ ਹੈ ਜੀ, ਬੰਗਲਾਦੇਸ਼ ਕਿਸ ਸਾਲ ਹੋਂਦ ਵਿੱਚ ਆਇਆ? ਨੰਬਰ 1 1971, ਨੰਬਰ 2 1970, ਨੰਬਰ 3 1973 ਅਤੇ ਨੰਬਰ 4 1972। ਦੋਸਤੋ ਇਹਦਾ ਸਹੀ ਜਵਾਬ ਹੈ 1971। ਬੰਗਲਾਦੇਸ਼ 1971 ਵਿੱਚ ਹੋਂਦ ਵਿੱਚ ਆਇਆ ਸੀ। ਸਾਡਾ ਅਗਲਾ ਸਵਾਲ ਹੈ ਜੀ, ਪੀਲੀਆ ਰੋਗ ਕਿਸ ਸਰੀਰ ਦੇ ਸੋਰੀ ਪੀਲੀਆ ਰੋਗ ਸਰੀਰ ਦੇ ਕਿਸ ਅੰਗ ਨੂੰ ਪ੍ਰਭਾਵਿਤ ਕਰਦਾ ਹੈ? ਨੰਬਰ 1 ਪੇਟ, ਨੰਬਰ 2 ਜਿਗਰ, ਨੰਬਰ 3 ਲੁਬਾ, ਨੰਬਰ 4 ਅੰਤੜੀ। ਦੋਸਤੋ ਇਸਦਾ ਸਹੀ ਜਵਾਬ ਹੈ ਜਿਗਰ। ਪੀਲੀਆ ਰੋਗ ਜਿਗਰ 'ਤੇ ਕਾਫ਼ੀ ਪ੍ਰਭਾਵਿਤ ਕਰਦਾ ਹੈ। ਨੰਬਰ 8, ਸੰਗਮਰਮਰ ਕਿਸ ਮੂਲ ਚਟਾਨ ਤੋਂ ਬਣਦੀ ਹੈ? ਨੰਬਰ 1 ਚੂਨਾ ਪੱਥਰ, ਨੰਬਰ 2 ਸਲੇਟ, ਨੰਬਰ 3 ਹੀਰਾ, ਨੰਬਰ 4 ਕੋਲਾ। ਦੋਸਤੋ ਇਹਦਾ ਸਹੀ ਜਵਾਬ ਹੈ ਚੂਨਾ ਪੱਥਰ। ਸਾਡਾ ਅਗਲਾ ਸਵਾਲ ਹੈ ਜੀ, ਸਰਕਾਰ ਦੇ ਮੁੱਖ ਅੰਗ ਕਿਹੜੇ ਹਨ? ਨੰਬਰ 1 ਕਾਰਜਪਾਲਿਕਾ, ਨੰਬਰ 2 ਵਿਧਾਨ ਪਾਲਿਕਾ, ਨੰਬਰ 3 ਉਪਰੋਕਤ ਸਾਰੇ, ਨੰਬਰ 4 ਨਿਆਂਪਾਲਿਕਾ। ਦੋਸਤੋ ਇਹਦਾ ਸਹੀ ਜਵਾਬ ਹੈ ਉਪਰੋਕਤ ਸਾਰੇ। ਸਾਡਾ ਅਗਲਾ ਸਵਾਲ ਹੈ ਜੀ, IPC ਦਾ ਪੂਰਾ ਨਾਂ ਕੀ ਹੈ? ਨੰਬਰ 1 ਇੰਡੀਅਨ ਪੁਲਿਸ ਕੰਪਨੀ, ਨੰਬਰ 2 ਇੰਡੀਅਨ ਪੈਨਲ ਕੋਡ, ਨੰਬਰ 3 ਇੰਡੀਅਨ ਪੁਲਿਸ ਕੋਡ, ਨੰਬਰ 4 ਇੰਡੀਅਨ ਪਰਸਨਲ ਕੰਪਿਊਟਰ। ਦੋਸਤੋ ਇਹਦਾ ਸਹੀ ਜਵਾਬ ਹੈ ਇੰਡੀਅਨ ਪੈਨਲ ਕੋਡ। ਦੋਸਤੋ ਇਹ ਸੀ ਅੱਜ ਦੇ 10 GK ਦੇ ਕੁਐਸਚਨ। ਆਸ ਆ ਤੁਹਾਨੂੰ ਇਹ ਚੰਗੇ ਲੱਗੇ ਹੋਣਗੇ। ਦੋਸਤੋ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ। ਧੰਨਵਾਦ।